ਪ੍ਰਨੀਤ ਕਰ ਮੁਰਦਾਬਾਦ, ਦੱਬ ਕੇ ਆਖੋ ਮੁਰਦਾਬਾਦ। ਅੱਜ ਪਾਰਟੀ ਦਾ ਬੂਥ ਸੰਮੇਲਨ ਦਾ ਪ੍ਰੋਗਰਾਮ ਹੈਗਾ, ਔਰ ਬਹੁਤ ਅਸੀਂ ਵਧੀਆ ਤਰੀਕੇ ਦੇ ਨਾਲ ਇਸ ਦੇ ਨਾਲ ਪਾਰਟੀ ਦੇ ਵਿੱਚ ਜਾਣ ਪਊਗੇ। ਅੱਜ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਕਿਸਾਨਾਂ ਵੱਲੋਂ, ਇਸ ਤੋਂ ਕੀ ਕਹਿਣਾ ਚਾਹੋਗੇ? ਦੇਖੋ, ਲੋਕਤੰਤਰ ਹੈ, ਕੋਈ ਵਿਰੋਧ ਕਰਦਾ ਹੈ, ਕੋਈ ਸਪੋਰਟ ਕਰਦਾ ਹੈ, ਅੰਤ ਦੇ ਵਿੱਚ ਫਤਵਾ ਲੋਕ ਦੇਣਗੇ। ਜਿਸ ਤਰ੍ਹਾਂ ਕਿਸਾਨਾਂ ਦਾ ਇਹ ਦੋਸ਼ ਹੈ ਕਿ 15 ਸਾਲ ਲੋਕ ਸਭਾ ਵਜੋਂ ਪਾਰਲੀਮੈਂਟ 'ਚ ਕੁਛ ਨਹੀਂ ਕੀਤਾ ਮਹਾਰਾਣੀ ਪ੍ਰਨੀਤ ਕੌਰ ਨੇ, ਇਹ ਕਹਿਣਾ ਕਿਸਾਨਾਂ ਦਾ? ਦੇਖੋ, ਜੋ ਉਹ ਕਹਿ ਰਹੇ ਨੇ ਉਹ ਕਹਿਣ, ਜੋ ਮੈਨੇ ਕੀਤਾ ਮੈਨੂੰ ਪਤਾ, ਔਰ ਜਿਹਨਾਂ ਨੇ ਕੀਤਾ ਉਹਨਾਂ ਨੂੰ ਵੀ ਪਤਾ। ਇਹਨਾਂ ਦੀ ਆਵਾਜ਼ ਵੀ ਉਠਾਈ ਹੈ ਪਾਰਲੀਮੈਂਟ ਦੇ ਵਿੱਚ, ਔਰ ਜੋ ਇਹ ਸਾਡੇ ਇੱਕ ਪਰਿਵਾਰਕ ਅੰਗ ਹੈ, ਪਰਿਵਾਰ ਦੇ ਵਿੱਚ ਜੋ ਇਹਨਾਂ ਨੂੰ ਅੱਛਾ ਲੱਗਦਾ ਨਹੀਂ ਅੱਛਾ ਲੱਗਦਾ ਠੀਕ ਹੈ, ਔਰ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਸੀ ਹਰ ਨਵੇਂ ਮੁੱਦੇ ਜਿਹੜੇ ਪਾਰਟੀ ਦਾ ਮੈਨੀਫੈਸਟੋ ਹੋਊਗਾ, ਔਰ ਜੋ ਲੋਕਲ ਕੰਮ ਜਿਹੜੇ ਜ਼ਰੂਰੀ ਹੋਣਗੇ ਉਹ ਚੱਕਾਂਗੇ। ਸਭ ਤੋਂ ਜ਼ਿਆਦਾ ਅਸੀਂ ਆਪਣੇ ਜਿਹੜਾ ਸਾਡਾ ਯੂਥ ਹੈ, ਸਾਡੇ ਬੱਚੇ ਨੇ, ਉਹਨਾਂ ਦੇ ਭਵਿੱਖ ਦੇ ਲਈ ਜੋ ਅਸੀਂ ਪੋਲਿਸੀਜ਼ ਕਰਵਾ ਸਕਦੇ ਹਾਂ, ਜੋ ਗਰੀਬਾਂ ਨੂੰ ਉੱਪਰ ਉਠਾਉਣ ਲਈ ਪੋਲਿਸੀਜ਼ ਮੋਦੀ ਜੀ ਕਰ ਰਹੇ ਨੇ, ਅੱਗੇ ਹੋਰ ਕਰਵਾਉਣ ਲਈ ਉਹ ਲੈ ਕੇ ਜਾਵਾਂਗੇ। ਅੱਜ ਸਾਡਾ ਇੱਕ ਜਿਹੜਾ ਇਕੱਠ ਹੋ ਆਇਆ ਜੀ, ਇਹਨੂੰ ਦੇਖ ਕੇ ਕਿਵੇਂ ਲੱਗਦਾ ਤੁਹਾਨੂੰ? ਮੈਂ ਹਾਲੇ ਗਈ ਨਹੀਂ, ਪਰ ਖੁਸ਼ੀ ਹੈ ਮੈਨੂੰ ਇੱਥੇ ਆ ਕੇ ਹੀ ਹਰ ਵਕਤ। ਸ਼ਤਰਾਣਾ ਹਲਕਾ ਬਹੁਤ ਵਧੀਆ ਹਲਕਾ ਹੈ, ਇੱਥੇ ਹਰ ਵਕਤ ਆ ਕੇ ਮੈਨੂੰ ਬੜੀ ਖੁਸ਼ੀ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਵੀ ਜਿਹੜੇ ਕਿਸਾਨਾਂ ਦੇ ਗੋਲੀ ਮਾਰ ਕੇ ਹੱਤਿਆ ਹੋਈ ਹੈ, ਕੋਈ ਕਿਸਾਨ ਮਾਰੇ ਗਏ ਨੇ, ਉਹਨਾਂ ਬਾਰੇ ਭਾਜਪਾ ਨੇ ਕਿਸੇ ਬੋਲਿਆ ਨਹੀਂ ਕੁਛ? ਮੈਂ ਜਿਹੜੇ ਮੇਰੇ ਹਲਕੇ 'ਚ ਫੱਟੜ ਹੋਏ ਆ ਜਾਂ ਜਿਹੜੇ ਗੁਜ਼ਰੇ ਨੇ, ਮੈਂ ਇੱਕ ਇੱਕ ਦੇ ਘਰ ਜਾ ਕੇ ਆਈ ਹਾਂ। ਅਸੀਂ ਵੀ ਇੱਥੋਂ ਦੇ ਹੀ ਹਾਂ। ਬਹੁਤ ਸਾਰੇ ਇਹ ਅਸਲ 'ਚ ਵਿਰੋਧ ਜਿਹੜਾ ਕਰਵਾਇਆ ਜਾ ਰਿਹਾ, ਇਹ ਭਗਵੰਤ ਮਾਨ, ਆਮ ਆਦਮੀ ਪਾਰਟੀ ਔਰ ਕਾਂਗਰਸ ਇਹ ਕਰਵਾ ਰਹੇ ਆ, ਔਰ ਕਿਸਾਨਾਂ ਦੀ ਹਿਤੈਸ਼ੀ ਜੇ ਪ੍ਰਧਾਨ ਮੰਤਰੀ ਹੈ ਤਾਂ ਨਰਿੰਦਰ ਮੋਦੀ ਜੀ ਆ, ਜੇ ਕਿਸਾਨ ਸਾਨੂੰ ਵੋਟ ਨਾ ਕਰਦੇ ਹੋਣ ਦੇਸ਼ ਸਾਡੀਆਂ ਸਰਕਾਰਾਂ ਕਿੱਦਾਂ ਬਣ ਜਾਣ? ਬਾਕੀ BJP ਐਸੀ ਪਾਰਟੀ ਆ, ਇੱਥੇ ਕੇਰਲਾ 'ਚ ਸਾਡੇ ਵਰਕਰਾਂ ਦੇ ਗੋਲੀਆਂ ਮਾਰ ਦਿੰਦੇ ਆ, ਅਸੀਂ ਉੱਥੇ ਵੀ ਪਾਰਟੀ ਚਲਾ ਰਹੇ ਹਾਂ, ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਆ, ਇੱਥੇ ਵੀ ਪਾਰਟੀ ਚੱਲਣੀ ਹੈ, ਰੁਕਣਾ ਕੁਛ ਨਹੀਂ ਹੈ, ਔਰ ਸਾਡੀ ਜਿੱਤ ਹੋਣੀ ਹੈ ਨਿਸ਼ਚਿਤ ਹੈ। ਮਹਾਰਾਣੀ ਪ੍ਰਨੀਤ ਕਰ ਮੁਰਦਾਬਾਦ, ਦੱਬ ਕੇ ਆਖੋ ਮੁਰਦਾਬਾਦ। ਅੱਜ ਪਾਰਟੀ ਦਾ ਬੂਥ ਸੰਮੇਲਨ ਦਾ ਪ੍ਰੋਗਰਾਮ ਹੈਗਾ, ਔਰ ਬਹੁਤ ਅਸੀਂ ਵਧੀਆ ਤਰੀਕੇ ਦੇ ਨਾਲ ਇਸ ਦੇ ਨਾਲ ਪਾਰਟੀ ਦੇ ਵਿੱਚ ਜਾਣ ਪਊਗੇ। ਅੱਜ ਜਿਸ ਤਰ੍ਹਾਂ ਵਿਰੋਧ ਹੋ ਰਿਹਾ ਕਿਸਾਨਾਂ ਵੱਲੋਂ, ਇਸ ਤੋਂ ਕੀ ਕਹਿਣਾ ਚਾਹੋਗੇ? ਦੇਖੋ, ਲੋਕਤੰਤਰ ਹੈ, ਕੋਈ ਵਿਰੋਧ ਕਰਦਾ ਹੈ, ਕੋਈ ਸਪੋਰਟ ਕਰਦਾ ਹੈ, ਅੰਤ ਦੇ ਵਿੱਚ ਫਤਵਾ ਲੋਕ ਦੇਣਗੇ। ਜਿਸ ਤਰ੍ਹਾਂ ਕਿਸਾਨਾਂ ਦਾ ਇਹ ਦੋਸ਼ ਹੈ ਕਿ 15 ਸਾਲ ਲੋਕ ਸਭਾ ਵਜੋਂ ਪਾਰਲੀਮੈਂਟ 'ਚ ਕੁਛ ਨਹੀਂ ਕੀਤਾ ਮਹਾਰਾਣੀ ਪ੍ਰਨੀਤ ਕੌਰ ਨੇ, ਇਹ ਕਹਿਣਾ ਕਿਸਾਨਾਂ ਦਾ? ਦੇਖੋ, ਜੋ ਉਹ ਕਹਿ ਰਹੇ ਨੇ ਉਹ ਕਹਿਣ, ਜੋ ਮੈਨੇ ਕੀਤਾ ਮੈਨੂੰ ਪਤਾ, ਔਰ ਜਿਹਨਾਂ ਨੇ ਕੀਤਾ ਉਹਨਾਂ ਨੂੰ ਵੀ ਪਤਾ। ਇਹਨਾਂ ਦੀ ਆਵਾਜ਼ ਵੀ ਉਠਾਈ ਹੈ ਪਾਰਲੀਮੈਂਟ ਦੇ ਵਿੱਚ, ਔਰ ਜੋ ਇਹ ਸਾਡੇ ਇੱਕ ਪਰਿਵਾਰਕ ਅੰਗ ਹੈ, ਪਰਿਵਾਰ ਦੇ ਵਿੱਚ ਜੋ ਇਹਨਾਂ ਨੂੰ ਅੱਛਾ ਲੱਗਦਾ ਨਹੀਂ ਅੱਛਾ ਲੱਗਦਾ ਠੀਕ ਹੈ, ਔਰ ਜੋ ਇਹਨਾਂ ਦੀਆਂ ਜਾਇਜ਼ ਮੰਗਾਂ ਸੀ ਹਰ ਨਵੇਂ ਮੁੱਦੇ ਜਿਹੜੇ ਪਾਰਟੀ ਦਾ ਮੈਨੀਫੈਸਟੋ ਹੋਊਗਾ, ਔਰ ਜੋ ਲੋਕਲ
ਕੰਮ ਜਿਹੜੇ ਜ਼ਰੂਰੀ ਹੋਣਗੇ ਉਹ ਚੱਕਾਂਗੇ। ਸਭ ਤੋਂ ਜ਼ਿਆਦਾ ਅਸੀਂ ਆਪਣੇ ਜਿਹੜਾ ਸਾਡਾ ਯੂਥ ਹੈ, ਸਾਡੇ ਬੱਚੇ ਨੇ, ਉਹਨਾਂ ਦੇ ਭਵਿੱਖ ਦੇ ਲਈ ਜੋ ਅਸੀਂ ਪੋਲਿਸੀਜ਼ ਕਰਵਾ ਸਕਦੇ ਹਾਂ, ਜੋ ਗਰੀਬਾਂ ਨੂੰ ਉੱਪਰ ਉਠਾਉਣ ਲਈ ਪੋਲਿਸੀਜ਼ ਮੋਦੀ ਜੀ ਕਰ ਰਹੇ ਨੇ, ਅੱਗੇ ਹੋਰ ਕਰਵਾਉਣ ਲਈ ਉਹ ਲੈ ਕੇ ਜਾਵਾਂਗੇ। ਅੱਜ ਸਾਡਾ ਇੱਕ ਜੈਸਾ ਇਕੱਠ ਹੋ ਆਇਆ ਜੀ, ਇਹਨੂੰ ਦੇਖ ਕੇ ਕਿਵੇਂ ਲੱਗਦਾ ਤੁਹਾਨੂੰ? ਮੈਂ ਹਾਲੇ ਗਈ ਨਹੀਂ, ਪਰ ਖੁਸ਼ੀ ਹੈ ਮੈਨੂੰ ਇੱਥੇ ਆ ਕੇ ਹੀ ਹਰ ਵਕਤ। ਸ਼ਤਰਾਣਾ ਹਲਕਾ ਬਹੁਤ ਵਧੀਆ ਹਲਕਾ ਹੈ, ਇੱਥੇ ਹਰ ਵਕਤ ਆ ਕੇ ਮੈਨੂੰ ਬੜੀ ਖੁਸ਼ੀ। ਕਿਸਾਨਾਂ ਦਾ ਇਹ ਵੀ ਕਹਿਣਾ ਹੈ ਕਿ ਵੀ ਜਿਹੜੇ ਕਿਸਾਨਾਂ ਦੇ ਗੋਲੀ ਮਾਰ ਕੇ ਹੱਤਿਆ ਹੋਈ ਹੈ, ਕੋਈ ਕਿਸਾਨ ਮਾਰੇ ਗਏ ਨੇ ਉਹਨਾਂ ਬਾਰੇ ਭਾਜਪਾ ਨੇ ਕਿਸੇ ਨੂੰ ਬੋਲਿਆ ਨਹੀਂ ਕੁਛ? ਮੈਂ ਜਿਹੜੇ ਮੇਰੇ ਹਲਕੇ 'ਚ ਫੱਟੜ ਹੋਏ ਆ ਜਾਂ ਜਿਹੜੇ ਗੁਜ਼ਰੇ ਨੇ, ਮੈਂ ਇੱਕ ਇੱਕ ਦੇ ਘਰ ਜਾ ਕੇ ਆਈ ਹਾਂ। ਅਸੀਂ ਵੀ ਇੱਥੋਂ ਦੇ ਹੀ ਹਾਂ। ਬਹੁਤ ਸਾਰੇ ਇਹ ਅਸਲ 'ਚ ਵਿਰੋਧ ਜਿਹੜਾ ਕਰਵਾਇਆ ਜਾ ਰਿਹਾ ਇਹ ਭਗਵੰਤ ਮਾਨ, ਆਮ ਆਦਮੀ ਪਾਰਟੀ ਔਰ ਕਾਂਗਰਸ ਇਹ ਕਰਵਾ ਰਹੇ ਆ, ਔਰ ਕਿਸਾਨਾਂ ਦੀ ਹਿਤੈਸ਼ੀ ਜੇ ਪ੍ਰਧਾਨ ਮੰਤਰੀ ਹੈ ਤਾਂ ਨਰਿੰਦਰ ਮੋਦੀ ਜੀ ਆ। ਜੇ ਕਿਸਾਨ ਸਾਨੂੰ ਵੋਟ ਨਾ ਕਰਦੇ ਹੋਣ, ਦੇਸ਼ ਸਾਡੀਆਂ ਸਰਕਾਰਾਂ ਕਿੱਦਾਂ ਬਣ ਜਾਣ? ਬਾਕੀ BJP ਤਾਂ ਐਸੀ ਪਾਰਟੀ ਆ, ਇੱਥੇ ਕੇਰਲਾ 'ਚ ਸਾਡੇ ਵਰਕਰਾਂ ਦੇ ਗੋਲੀਆਂ ਮਾਰ ਦਿੰਦੇ ਆ, ਅਸੀਂ ਉੱਥੇ ਵੀ ਪਾਰਟੀ ਚਲਾ ਰਹੇ ਹਾਂ। ਦੁਨੀਆ ਦਾ ਸਭ ਤੋਂ ਬੜਾ ਰਾਜਨੀਤਿਕ ਦਲ ਆ, ਇੱਥੇ ਵੀ ਪਾਰਟੀ ਚੱਲਣੀ ਹੈ, ਰੁਕਣਾ ਕੁਛ ਨਹੀਂ ਹੈ, ਔਰ ਸਾਡੀ ਜਿੱਤ ਹੋਣੀ ਹੈ, ਨਿਸ਼ਚਿਤ ਹੈ। ਠੀਕ ਹੈ।